ਪਲੀਜ਼ ਸਬਸਕ੍ਰਾਈਬ ਮਾਈ YouTube ਚੈਨਲ ਫਾਰ ਟਰੈਕਟਰ ਮੋਰ ਵੀਡੀਓ ਰਖਮਨ रहीम अस्सलाम वालेकुम ਕੀ ਹਾਲ ਚਾਲ ਹੈ ਉਮੀਦ ਕਰਦਾ ਠੀਕ ਠਾਕ ਫਿੱਟ ਫਾਟ ਰਾਜੀ ਖੁਸ਼ ਹੋ ਸੋ ਮੈਂ ਮੁਹੰਮਦ ਕਾਸ਼ਿਫ ਤੁਸੀਂ ਵੀ ਨਪਾ YouTube ਦਾ ਚੈਨਲ KWP vlog ਜੀ ਦੋਸਤੋ ਇਹ Ford 36 ਦਾ ਹੈ ਇਸ ਦਾ ਸਾਰਾ ਤੁਹਾਨੂੰ ਰਿਵਿਊ ਅੱਜ ਕਰਾਣਾ ਹੈ ਸਾਰਾ ਉਤੋਂ ਵੀ ਖਾਵਣਾ ਤੇ ਵਿੱਚੋਂ ਦੱਸਣਾ ਜਿਵੇਂ ਕਿ ਅੱਗੇ ਰਿਵਿਊ ਹੁੰਦਾ ਹੈ ਮੇਰੀ ਰਿਵਿਊ ਵੀਡੀਓ ਇਹ ਖਿੜਲੀ ਹੋਸੀ ਉਸ ਤੋਂ ਬਾਅਦ ਜਿਹੜੀ ਵੀਡੀਓ ਉਸੀ ਹੋਰ ਟਰੈਕਟਰ ਡਰਾਈਵਰ ਇੰਟਰਵਿਊ ਦੀ ਹੋਸੀ ਠੀਕ ਹੈ ਨਾਲ ਟਰਾਲੀਆਂ ਛਰਾਲੀਆਂ ਦੇ ਤਮਾਸ਼ੇ ਵਗੈਰਾ ਇਹ ਹੋ ਜਾਇਆ ਕੰਮ ਹਸਣ ਜ ਮੇਰੇ ਕਾਫੀ ਸ਼ਹਿਰ ਵਾਲੇ ਬਰਾਵੰਦੀ ਇਹ ਫਰਮਾਇਸ਼ ਮੇਰੇ ਨੇ ਤੇ ਬਾਕੀ ਹੁਣ ਇਸ ਦਾ ਤੁਸੀਂ ਖੁਦ ਵੇਖ ਰਹੇ ਹੋ ਥਲਵਾਇਸਾ 763 ਨੰਬਰ ਚੈਸੀ ਵਾਲਾ ਹਿੱਸਾ ਲੀਕ ਸ਼ੀਕ ਕਿਦੋਂ ਹੁੰਦਾ ਨਹੀਂ ਯਾਰ ਸਾਰੇ ਤੋਂ ਜਿਹੜੀ ਵੱਡੀ ਗੱਲ ਹੁੰਦੀ ਹੈ ਅਕਸਰ ਟਰੈਕਟਰ ਵੀ ਕਿੰਦੇ ਲੀਕ ਸ਼ੀਕ ਹੁੰਦੇ ਨੇ ਲੇਕਿਨ ਇਹ ਟਰੈਕਟਰ ਲੀਕ ਕੋਈ ਨਹੀਂ ਗੇਅਰ ਬਾਕਸ ਗੇਅਰ ਜਿਹੜਾ ਫਸਾ ਜਾਂਦੇ ਨੇ ਇੱਕ ਗੇਅਰ ਲਵੇ ਵੇ ਦੂਆ ਲੱਗ ਜਾਂਦਾ ਤ੍ਰੀਆ ਲਵੇ ਵੇ ਤਾਂ ਪੰਜਵਾ ਲੱਗ ਜਾਂਦਾ ਛੀਵਾ ਲੱਗ ਜਾਂਦਾ ਅਠਵਾ ਲੱਗ ਜਾਂਦਾ ਉਹ ਐਸੇ ਗੱਲ ਕਾ ਹੀ ਨੇ ਇੱਕੋ ਗੇਅਰ ਲੱਗ ਸੀ ਜਿਹੜਾ ਲੈਸੋ ਮਤਲਬ ਗੇਅਰ ਬਾਕਸ ਦਾ ਫੁੱਲ ਟਾਇਟ ਮੀਟਰ ਵਿੱਚ ਕੋਈ ਨਾ ਇਕਲੋਤਾ ਆਇਲ ਜਿਹੜਾ ਟੱਪ ਪੌਲੀ ਸਾਈਡ ਵਾਲਾ ਹੈ ਸ਼ੋ ਦਾ ਟਾਪਾ ਉਹ ਦੁਬਾਰਾ ਰੰਗ ਹੋ ਜਾਇਆ ਇਹਨੇ ਬਾਕੀ ਸਾਰੇ ਸ਼ੋ ਦਾ ਆਪਣਾ ਰੰਗ ਹੀ ਤੇ ਹੋਕ ਲਈ ਖਲੋਤਾ ਆਪਣੀ ਤੇ ਬਾਕੀ ਜਿਹੜੀਆਂ ਦੀਆਂ ਟਿਊਬਾਂ ਨੇ ਕਿੰਨੂੰ ਮਿੱਟਰੂਟਾ ਹੋਇਆ ਕੋਈ ਨਹੀਂ ਵੱਡੀ ਗੱਲ ਹੈ ਵੀ ਹੁੰਦੀ ਐਕਸਲ ਇਹਦੇ ਵਲੈਤੀ ਪਾਇ ਹੋਈ ਨੇ ਜਿਹੜੇ ਨੇ ਟਾਇਰ ਨੇ ਉਹ 16 ਨੇ ਖਲੋਤਣ ਅਗਲੇ ਵੀ ਤੇ ਪਿਛਲੇ ਵੀ ਅਗਲੇ ਚਲੋ 14 ਕੰਨ ਚ ਗਿਣੋ ਤੇ ਪਿਛਲੇ ਤੇ 16 ਨੇ ਖਲੋਤਣ ਰੰਗ ਮੁੱਢੀ ਦਾ ਬਿਲਕੁਲ ਸਾਫ਼ ਹੈ ਕੋਈ ਮਸਲਾ ਨਹੀਂ ਸੋ ਵੱਡਾ ਸਲਫ ਸਿਸਟਮ ਲੱਗਾ ਹੋਇਆ ਹੈ ਠੀਕ ਹੈ ਦੋਸਤੋ ਅਗਲੇ ਰੇਮ ਰੰਗ ਹੋਏ ਹੋਰ ਦੁਬਾਰਾ ਤੇ ਇਸ ਸਾਈਡ ਨੂੰ ਸ਼ੋ ਦਾ ਰੰਗ ਆਪਣਾ ਸਾਰੀ ਸ਼ੋ ਦਾ ਰੰਗ ਆਪਣਾ ਦੇਖ ਲੁੱਤਾ ਆ ਜਾਓ ਹਰ ਸਾਰੀਆਂ ਦੀ ਲੋਕੇਸ਼ਨ ਵੀ ਦਸੀਏ ਡਿਮਾਂਡ ਵੀ ਦਸੀਏ ਤੇ ਮਾਡਲ ਵੀ ਦਸੀਏ ਸਾਰੀਆਂ ਗੱਲਾਂ ਕਲੀਅਰ ਕਰੀਏ ਆਓ ਜੀ ਦੋਸਤੋ ਅੱਜ ਤੁਸਰ ਵੀਡੀਓ ਵੇਖ ਕੇ ਫੋਰ 36 ਦਾਦੀ ਯਾਰ 36 ਦਾਦੀ ਵੀਡੀਓ ਕਿਉਂ ਜਿੰਗੀ ਜੇ ਵੀਡੀਓ 36 ਦਾ ਤੁਹਾਨੂੰ ਪਸੰਦ ਆਈ ਤਾਂ ਇੱਕ ਇੱਕ ਕਮੈਂਟ ਜ਼ਰੂਰ ਕਰ ਕਮੈਂਟਸ ਨਾਲ ਯਾਰ ਕੋਸ਼ ਨਾ ਲਿਖੀ ਵੇ ਕਾਸ਼ ਇਹਨ ਦਾ ਕਾਇ ਗਲ ਨਹੀਂ ਹੈ ਇਸ ਕਮੈਂਟੇ ਜ਼ਰੂਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਸੋ ਨਾਲ ਆ ਰ ਬੈਲ ਆਈਕਨ ਵਾਲ ਤੇ ਕਰੀ ਜੋ ਇਸ ਦੀ ਸਰਦ ਪੈਲੇ ਸੀ ਗੱਲ ਕਰਦੇ ਆ ਮਾਡਲ ਦੀ ਮਾਡਲ 1958 85 ਮਾਡਲ 36 ਦਾ ਬਿਹਤਰੀਨ ਮਾਡਲ ਠੀਕ ਹੈ ਤੇ ਬਾਕੀ ਇਸ ਦੀ ਨੰਬਰ ਦੂਵੇ ਤੇ ਸੀ ਗੱਲ ਕਰਦੇ ਆ ਐਕਸ ਲਾ ਦੀ ਐਕਸ ਲ ਜਿਵੇਂ ਤੂੰ ਲੱਗੇ ਦੱਸਿਆ ਬਲਈ ਤੀਣ ਮੋੜ ਤਰੀਏ ਨੰਬਰ 3 ਦੀ ਅਸੀਂ ਗੱਲ ਕਰਿੰਦੇ ਆ ਬੁਲਾਕ ਦੀ ਬੁਲਾਕ ਬਿਦਾ ਗਈ ਸੀ ਬੁਲਾਕ ਸਾਫ ਹੈ ਆਪਣਾ ਪਿਆਰਾਇ ਸੁ ਬੁਲਾਕ ਤੇ ਚੌਥੇ ਨੰਬਰ ਤਿੰਨ ਦੀ ਅਸੀਂ ਗੱਲ ਕਰਿੰਦਾ ਹੈ ਕ੍ਰਿੰਕ ਦੀ ਕ੍ਰਿੰਕ ਤੇ ਮਾਲਿਕਾਂ ਦਾ ਵੀ ਕੋਈ ਪਤਾ ਨਹੀਂ ਜਾਣ ਕੇ ਨਹੀਂ ਬੰਦ ਏਡਾ ਮੋੜ ਇਤ ਮੈਨੂੰ ਗੱਲ ਕਰਨੀ ਸਮਝੋ ਲਾਜ਼ਮੀ ਆ ਜਾਸੀ ਭਈ ਰਿੰਕ ਦੇਸੀ ਇਹ ਲੱਕੜ ਦੀ ਪਈ ਹੋਈ ਜੀਐਸਟੀ ਬਜਾ ਤੋ ਨਹੀਂ ਬਦਲਦਾ ਬਾਕੀ ਸਾਰੀ ਗੱਲਾਂ ਦਾ ਪਤਾ ਹੈ ਦਾ ਕੋਈ ਨਹੀਂ ਪਤਾ ਚਲੋ ਯਾਰ ਨਾ ਪਤਾ ਉਸ ਮੈਂ ਮੰਨ ਗਿਆ ਠੀਕ ਹੈ ਅਗਲੀ ਅਸੀਂ ਗੱਲ ਕਰਦੇ ਆ ਅਗਲੀ ਗੱਲ ਕੁਝ ਇਸ ਤਰ੍ਹਾਂ ਸੀਐਸਡੀ ਲੋਕੇਸ਼ਨ ਦੀ ਲੋਕੇਸ਼ਨ ਲਿਸਟ ਦੀ ਅਸੀਂ ਗੱਲ ਕਰੀਏ ਤਾਂ ਚਨਾਬ ਨਗਰ ਚਨਾਬ ਦਰਿਆ ਮਤਲਬ ਕੱਚੇ ਦਾ ਇਲਾਕਾ ਗਾ ਕੱਚਾ ਜਿੱਥੇ ਰੇਤ ਟਰੈਕਟਰ ਸਲੈਪ ਕਰਦੇ ਉਹ ਇਲਾਕਾ ਹੈ ਇਸ ਟਰੈਕਟਰ ਦਾ ਚਨੀਅੋਟ ਰੋਡ ਤੋਂ ਆਗਮਦਾ ਹੈ ਜਨਾਬਨਗਰ ਚਨੀਅੋਟ ਵਿਚੂੜਾ ਸਰਗੋਧਾ ਰੋਡ ਜਾ ਰਿਹਾ ਨਾ ਪੋਸਟ ਤੇ ਜਨਾਬ ਦਰਿਆ ਹੁੰਦਾ ਜਨਾਬ ਜਨਾਬ ਦਰਿਆ ਦੇ ਉੱਤੇ ਜਨਾਬ ਨਗਰ ਉਸ ਜਗ੍ਹਾ ਤੇ ਕੋਲਤਾ ਟਰੈਕਟਰ ਰابطਾ ਕਰਕੇ ਮਜੀ ਲੋਕੇਸ਼ਨ ਨੂੰ ਅੰਦਰ ਕੋਲ ਤੁਸੀਂ ਮੰਗਾ ਸਕਦੇ ਹੋ ਨੰਬਰ ਉਹਨਾਂ ਦਾ ਚਲਦਾ ਪਿਆ ਡਿਮਾਂਡ ਵੀ ਲਿਖੀ ਕੀ ਆ ਗਈ ਹੈ ਜਿੰਦਾ ਤੁਸੀਂ ਪਾਵਣ ਲਈ ਪੀਡੀਐਸ ਤਬ ਤੱਕ ਲਈਏ ਅੱਲਾ ਹਾਫਿਜ਼